ਨਾ ਜਿਹਨੇ ਕੀ ਤਮੰਨਾ ਹੈ ਨਾ ਤਾਜੋ ਤਖਤ ਕੀ ਖੁਦਾ ਅਗਰ ਖੁਦਾਈ ਵੀ ਦੇ ਤੋ ਮੋੜ ਦਿੱਤੇ ਹੈ ਚੁਕਾ ਕੇ ਸੀ ਸਲਵਾ ਕੇ ਹਾਜ਼ਰੀ ਰੱਜ ਕੇ ਆਪੋ ਵਾਹਿਗੁਰੂ ਜੀ ਕਾ ਖਾਲਸਾ ਸਾਡੇ ਸਨ 1984 ਦੇ ਉਹ ਮਹਾਨ ਸੂਰ ਵੀਰ ਯੋਧੇ ਜਰਨੈਲ ਜਿਨ੍ਹਾਂ ਦੇ ਬਾਰੇ ਤੇ ਸ਼ਾਇਰ ਲਿਖਦਾ ਯੋਧਿਆਂ ਦੇ ਜਜ਼ਬੇ ਨੇ ਡਰ ਦੇ ਨਾਲ ਦੇ ਸੂਰ ਮੇ ਸ਼ਹੀਦ ਹੁੰਦੇ ਆਮ ਲੋਕ ਮਰਦੇ ਫੌਜਾਂ ਚੜ ਕੇ ਆਈਆਂ ਪਰ ਫੌਜ ਦੇ ਵਿੱਚੋਂ ਪਹਿਲਾ ਕਿਹੜਾ ਸਿਪਾਹੀ ਸੀ ਕਿਹੜਾ ਜਰਨੈਲ ਸੀ ਜਿਹੜਾ ਮਰਿਆ ਫੌਜ ਦੇ ਵਿੱਚੋਂ 1984 ਦੇ ਸਾਕੇ ਦੇ ਵਿੱਚ ਤੇ ਆਖਰੀ ਕਿਹੜਾ ਸਿਪਾਹੀ ਸੀ ਉਹਨਾਂ ਦਾ ਮਰਿਆ ਅਜੇ ਤੱਕ ਕੋਈ ਇਹ ਨਹੀਂ ਦੱਸ ਸਕਿਆ ਪਰ ਭਾਵੇਂ ਸਾਡੇ ਗਿਣਤੀ ਵਿੱਚ ਸਿੰਘ ਥੋੜੇ ਸੀ ਤੇ ਉਹਨਾਂ ਨੇ ਸਾਡਾ ਚਮਕੌਰ ਜਿਹੜੀ ਵਾਲਾ ਦੁਹਰਾ ਕਰਤਾ ਸੀ ਉਹਨਾਂ ਜਰਨੈਲਾਂ ਨੇ ਉਹਨਾਂ ਸੂਰਬੀਰ ਬਹਾਦਰਾਂ ਨੇ ਜੰਗ ਇਸ ਤਰ੍ਹਾਂ ਲੜੀ ਕਿ ਸਾਡੀ ਜੰਗ ਦਾ ਪਹਿਲਾ ਸ਼ਹੀਦ ਬੱਬਰ ਖਾਲਸਾ ਭਾਈ ਮਹਿੰਦਰ ਸਿੰਘ ਜੀ ਜਿਨ੍ਹਾਂ ਨੇ ਬਾਬਾ ਅਟਲ ਰਾਏ ਦੇ ਬੁੱਲੇ ਤੋਂ ਸ਼ਹਾਦਤ ਦਾ ਜਾਮ ਪੀਤਾ ਤੇ ਆਖਰੀ ਬੋਲ ਕਹੇ ਕਿ ਕਹਿੰਦੇ ਚੜ੍ਹਦੀ ਕਲਾ ਹੋ ਗਈ ਇਹ ਚੜ੍ਹਦੀ ਕਲਾ ਵਾਲਾ ਪੰਥ ਹੈ ਸਾਡੇ ਪੰਥ ਦਾ 10 ਜੂਨ ਨੂੰ ਸ਼ਹੀਦ ਹੋਣ ਵਾਲਾ ਆਖਰੀ ਯੋਧਾ ਜਿਹਦਾ ਨਾਮ ਸਾਡਾ ਖਾਲਸਾ ਮੇਜਰ ਸਿੰਘ ਨਾਗੋਕੇ ਹੈ ਉਹਨਾਂ ਦੇ ਬਾਬਤ ਯੋਧਾ ਦੇ ਜਜ਼ਬੇ ਦਾ ਡਰ ਦੇ ਨਾਲ ਹੱਦੇ ਸੂਰ ਮੇ ਸ਼ਹੀਦ ਹੁੰਦੇ ਆਮ ਲੋਕ ਮਰਦੇ ਲੜ ਜਾਣਾ ਖੰਡ ਮੇ ਫਾਂਦੀ ਸਰੀਰ ਕਾਮੀ ਮਹਿਲ ਵਿੱਚ ਡਰ ਜਾਣਾ ਆਏ ਕਿਨਾਰ ਮਰ ਕਿਨਾਰ ਚਾਰ ਕਿਨਾਰ ਕਰ ਦੇ ਵੇ ਓ ਪਾਚਾ ਵਾਲੇ ਦੇ ਪੁੱਤ ਨਹੀਂ ਹੋ ਚਲੇ ਖੜੇ ਪੜ ਜਾਣਾ ਸਿੱਖਿਆ ਨਹੀਂ ਸੋਨੇ ਦੀ ਨਾਰੇ ਵਾ ਚੰਦ ਦੇ ਨਾਰਿਆ ਹਾਂ ਤੱਕ ਜਾਨ ਮਾਰੇ ਜੋਰ ਵਧਾ ਲਾ ਰਿਹਾ ਡਰੇ ਨਹੀਂ ਹਰੇ ਨਹੀਂ ਜਿੱਤੇ ਬਿਨਾ ਬਿਆਤ ਸੂਰੇ ਮੁੜੇ ਕਦੇ ਘਰੇ ਨਹੀਂ ਮੁੜੇ ਕਦੇ ਘਰੇ ਨਹੀਂ ਸਾਰੇ ਸਮੂਹ ਸ਼ਹੀਦਾਂ ਨੂੰ ਪ੍ਰਣਾਮ ਕਰਦੀ ਹੋਈ ਬੀਬੀ ਬਿਆਨ ਕੌਰ ਖਾਲਸਾ ਸਾਰੀਆਂ ਹੀ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੀ ਆ ਧੰਨਵਾਦ ਕਰਦੇ ਆ ਸਤਿਕਾਰ ਜੋਗ ਬਾਬੂ ਤਰਸੇਮ ਸਿੰਘ ਜੀ ਸਤਿਕਾਰ ਜੋਗ ਮਾਤਾ ਬਲਵਿੰਦਰ ਕੌਰ ਜੀ ਜਿਨ੍ਹਾਂ ਦੇ ਅੱਖ ਦੇ ਵਿੱਚੋਂ ਜਿਨ੍ਹਾਂ ਦੀ ਦੁੱਧ ਦੀ ਸ਼ਕਤੀ ਦੇ ਵਿੱਚੋਂ ਯੋਧਾ ਪੈਦਾ ਹੋਇਆ ਭਾਈ ਅਮਰਿਤਪਾਲ ਸਿੰਘ ਜੀ ਖਾਲਸਾ ਸੱਚੇ ਪਾਤਸ਼ਾਹ ਇਹੋ ਜਿਹੇ ਮਾਤਾ ਪਿਤਾ ਨੂੰ ਲੰਮੀ ਉਮਰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਬਹੁਤ ਬਹੁਤ ਧੰਨਵਾਦ ਮੇਰੀਆਂ ਭੈਣਾਂ ਦਾ ਜਿਹਨਾਂ ਗਰਮੀ ਦੇ 43 ਡਿਗਰੀ ਟੈਂਪਰੇਚਰ ਦੇ ਵਿੱਚ ਇਸ ਤਰ੍ਹਾਂ ਮਾਂ ਦੇ ਨਾਲ ਆਪਣੀਆਂ ਛਾਤੀਆਂ ਤਾਣ ਕੇ ਖਲੋਤੀਆਂ ਰਹੀਆਂ ਯੋਧੇ ਦੇ ਹੱਕ ਵਿੱਚ ਜਕਾਰੇ ਛੱਡਦੀਆਂ ਰਹੀਆਂ ਧੰਨਵਾਦ ਮਾਝੇ ਵਾਲਿਆਂ ਦਾ ਜਿਨ੍ਹਾਂ ਨੇ ਜਾਗਦੀਆਂ ਜ਼ਮੀਰਾਂ ਨੂੰ ਸਬੂਤ ਦਿੱਤਾ ਆਉਣ ਵਾਲੇ ਸਮੇਂ ਦੇ ਵਿੱਚ ਜੱਜੇ ਦਾ ਨਾਮਾ ਆਵੇਗਾ ਮੂਲ ਦੌਰ ਪਰਤੇਗਾ ਖਾਲਸਾ ਵੀ ਹੀਰਾਂ ਦਾ ਧੰਨਵਾਦ ਮਾਝੇ ਵਾਲਿਆਂ ਸਬੂਤ ਦਿੱਤੇ ਜਾਗਦੀਆਂ ਜ਼ਮੀਰਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਹੁਣ ਮੈਂ ਬੇਨਤੀ ਕਰੂੰਗਾ ਇੱਕ ਮਿੰਟ